ਡਾਕਟਰ ਸਾਹਿਬ, ਜਿਹੜੇ ਵੋਟਾਂ ਦੇ ਸਰਵੇ ਆ ਰਹੇ ਆ ਐਗਜ਼ਿਟ ਪੋਲ ਰਾਹੀਂ, ਖਾਸ ਤੌਰ 'ਤੇ ਖਡੂਰ ਸਾਹਿਬ ਹਲਕੇ ਦੇ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਕਮਲਜੀਤ, ਪਹਿਲੀ ਤਾਂ ਗੱਲ ਇਹ ਆ ਵੀ ਜਦੋਂ ਕੱਲ੍ਹ ਨੂੰ ਨਤੀਜਾ ਆ ਹੀ ਜਾਣਾ, ਸਾਰਾ ਕੱਟਾ ਕੱਟੀ ਸਾਹਮਣੇ ਹੀ ਆ ਜਾਣਾ, ਫਿਰ ਇੱਕ ਦਿਨ ਪਹਿਲਾਂ ਐਸੀ ਕਿਹੜੀ ਤੱਦੀ ਪਈ ਆ, ਐਸਾ ਕਿਹੜਾ ਮਤਲਬ ਬਾਗ 'ਚ ਹੱਥ ਆਇਆ ਜਾਂ ਚੱਕੀ 'ਚ ਹੱਥ ਆਇਆ ਵੀ ਇੱਕ ਦਿਨ ਪਹਿਲਾਂ ਹੀ ਪਤਾ ਲੱਗੇ, ਹਾਏ ਹਾਏ, ਨਹੀਂ ਤਾਂ ਸਸੀ ਨਹੀਂ ਬਚਦੇ। ਆਹ ਕੁਝ ਚੈਨਲ ਜਿਹੜੇ ਤਰਲੋ ਮੱਛੀ ਹੋ ਕੇ ਐਗਜ਼ਿਟ ਪੋਲ ਦੇ ਰਹੇ ਨੇ, ਮੈਨੂੰ ਤਾਂ ਸਮਝ ਨਹੀਂ ਆਉਂਦੀ ਯਾਰ, ਤੁਸੀਂ ਇੱਕ ਡੇਢ ਦਿਨ ਪਹਿਲਾਂ ਜਿਹੜੇ ਸਰਵੇ ਦੇ ਰਹੇ ਹੋ, ਜੇ ਉਹ ਤੁਸੀਂ ਭਲਾ ਨਾ ਵੀ ਦਿਓ ਤਾਂ ਫਿਰ ਕਿਹੜਾ ਦੇਸ਼ ਬਹੁਤ ਪਿੱਛੇ ਚਲਾ ਜੂਗਾ। ਜਦੋਂ ਕੱਲ੍ਹ ਨੂੰ ਨਤੀਜਾ ਆ ਹੀ ਜਾਣਾ, ਮੰਨ ਲਓ ਜਵਾਕਾਂ ਦੇ ਪੇਪਰ ਹੁੰਦੇ ਨੇ, ਪੇਪਰ ਹੁੰਦੇ ਨੇ ਤਾਂ ਉਹਦਾ ਨਤੀਜਾ ਜੇ ਇੱਕ ਜਾਂ ਦੋ ਦਿਨ ਬਾਅਦ ਆਉਣਾ ਹੀ ਹੋਵੇ ਤਾਂ ਜਵਾਕ ਉਦੋਂ ਪਹਿਲਾਂ ਪੁੱਛਾਂ ਪਵਾਉਂਦੇ ਫਿਰਨ, ਜਾ ਕੇ ਪਖੰਡੀ ਸਾਹਿਬ ਕੋਲ ਵੀ, ਬਾਬਾ ਜੀ ਮੈਂ ਪਾਸ ਹੋਊਂਗਾ ਕਿ ਨਹੀਂ ਹੋਊਂਗਾ। ਮੈਨੂੰ ਲੱਗਦਾ ਇਹ ਬਚਕਾਨਾ ਜਿਹੀਆਂ ਗੱਲਾਂ ਨੇ, ਜਦੋਂ ਕੱਲ੍ਹ ਨੂੰ ਸਾਰਾ ਕੁਝ ਸਾਹਮਣੇ ਆ ਹੀ ਜਾਣਾ। ਇੱਕ ਵਾਰੀ ਨਾ ਇੱਕ ਬੰਦਾ ਨਾਈ ਦੇ ਕੋਲ ਵਾਲ ਕਟਾਉਣ ਗਿਆ ਅਤੇ ਜਾ ਕੇ, ਅਤੇ ਉਹ ਨਾਈ ਜਦੋਂ ਵਾਲ ਕੱਟਣ ਲੱਗਾ ਤਾਂ ਕਹਿੰਦਾ, ਨਾਈ ਨੂੰ ਪੁੱਛਦਾ, ਕਹਿੰਦਾ ਕਿੱਡੇ ਕਿੱਡੇ ਹੋ ਗਏ ਮੇਰੇ ਵਾਲ? ਕਹਿੰਦਾ ਬੇਫਿਕਰ ਹੋ ਜਾ, ਤੇਰੀ ਝੋਲੀ 'ਚ ਹੀ ਆ ਜਾਣੇ ਆ। ਸੋ ਇਹ ਤਾਂ ਕੱਲ੍ਹ ਨੂੰ ਝੋਲੀ 'ਚ ਸਾਰਾ ਕੁਝ ਆ ਹੀ ਜਾਣਾ, ਪਰ ਫਿਰ ਵੀ ਤੁਸੀਂ ਗੱਲ ਕੀਤੀ ਹੈ ਐਗਜ਼ਿਟ ਪੋਲ ਦੀ, ਇਹ ਜਿਹੜੇ ਐਗਜ਼ਿਟ ਪੋਲ ਨੇ, ਇਹ ਜਿਹੜੇ ਸਰਵੇ ਨੇ, ਇਹ ਤੁੱਕੇ ਹੁੰਦੇ ਨੇ, ਇਹ ਕਈ ਵਾਰਾ ਪੇਡ ਵੀ ਹੁੰਦੇ ਨੇ। ਪੇਡ ਕਿਉਂ ਕਰਵਾਏ ਜਾਂਦੇ ਨੇ? ਵੇਖੋ, ਜਿਹੜੀਆਂ ਪਾਰਟੀਆਂ ਹੁੰਦੀਆਂ ਨਾ, ਪੇਡ ਸਰਵੇ ਕਰਾਉਣ ਦਾ ਇਹਦੇ ਪਿੱਛੇ ਮਕਸਦ ਇਹ ਹੁੰਦਾ, ਇੱਕ ਤਾਂ ਸੱਟਾਬਾਜ਼ੀ ਬਹੁਤ ਲੱਗਦੀ ਇਹਦੇ 'ਤੇ, ਦੂਸਰਾ ਪੇਡ ਸਰਵੇ ਕਰਵਾ ਕੇ ਕਈ ਵਾਰੀ ਇਹ ਚਰਚਾ ਹੈ, ਇਹ ਦੋਸ਼ ਲੱਗਦੇ ਨੇ ਵੀ ਜਦੋਂ ਰਿਜ਼ਲਟਾਂ ਦੇ ਨਾਲ ਅੰਦਰ ਖਾਤੇ ਕਿਤੇ ਛੇੜਛਾੜ ਕਰਨ ਦਾ ਇਰਾਦਾ ਹੋਵੇ ਜਾਂ ਛੇੜਛਾੜ ਕਰਨ ਦੀ ਕੋਸ਼ਿਸ਼ ਕਰਨੀ ਹੋਵੇ, EVM ਮਸ਼ੀਨਾਂ ਨਾਲ ਕਹਿ ਲਓ ਜਾਂ ਕਾਸੇ ਨਾਲ, ਉਦੋਂ ਪਹਿਲਾਂ ਹੀ ਇਸ ਤਰ੍ਹਾਂ ਦੇ ਸਰਵੇ ਵੀ ਪੇਸ਼ ਕਰਵਾਏ ਜਾ ਸਕਦੇ ਹੁੰਦੇ ਨੇ, ਜਿਨ੍ਹਾਂ ਨਾਲ ਲੋਕਾਂ ਨੂੰ ਲੱਗਣ ਹੀ ਲਾ ਦਿਓ ਵੀ ਭਾਈ ਆਹ ਤਾਂ ਜਿੱਤੇ ਹੀ ਪਏ ਨੇ, ਆਹ ਤਾਂ ਆਏ ਹੀ ਪਏ ਨੇ, ਅਤੇ ਅੰਦਰ ਖਾਤੇ ਛੇੜਛਾੜ ਕਰਵਾ ਦਿਓ ਮਸ਼ੀਨਾਂ ਨਾਲ, ਅਤੇ ਉਹ ਫਿਰ ਲੋਕਾਂ ਨੂੰ ਵੱਡੀ ਗੱਲ ਨਹੀਂ ਲੱਗਦਾ ਵੀ ਉਹ ਤਾਂ ਸਰਵੇ 'ਚ ਹੀ ਆ ਗਿਆ ਸੀ। ਪਰ ਆਮ ਤੌਰ 'ਤੇ ਜਿਹੜੇ ਚੈਨਲ ਜਾਂ ਜਿਹੜੀਆਂ ਏਜੰਸੀਆਂ ਸਰਵੇ ਕਰਦੀਆਂ ਨੇ, ਉਹਨਾਂ ਦਾ ਵਕਾਰ ਅਤੇ ਇੱਜ਼ਤ ਵੀ ਜੁੜੀ ਹੁੰਦੀ ਹੈ, ਜਿਹੜੀਆਂ ਪੇਡ ਨਹੀਂ ਹੁੰਦੀਆਂ, ਜਿਹੜੀਆਂ ਪੈਸੇ ਲੈ ਕੇ ਸਰਵੇ ਨਹੀਂ ਕਰਦੀਆਂ, ਉਹ ਝੂਠਾ ਸਰਵੇ ਤਾਂ ਵੀ ਨਹੀਂ ਦਿੰਦੀਆਂ ਵੀ ਜੇਕਰ ਕੱਲ੍ਹ ਨੂੰ ਇੱਕ ਦੋ ਦਿਨ ਬਾਅਦ ਸੱਚ ਸਾਹਮਣੇ ਆ ਹੀ ਜਾਣਾ ਤਾਂ ਉਹ ਸਾਡੀ ਜਲੂਸ ਨਿਕਲੂਗਾ ਵੀ ਯਾਰ ਇਹਨਾਂ ਨੂੰ ਅਕਲ ਹੀ ਹੈ ਨਹੀਂ, ਇਹਨਾਂ ਦੀ ਕੋਈ ਅਸੈਸਮੈਂਟ ਹੈ ਨਹੀਂ। ਹੁਣ ਇੱਥੇ ਗੱਲਾਂ ਮੈਂ ਕਰਤੀਆਂ ਦੋ, ਇੱਕ ਤਾਂ ਜਿਹੜੀਆਂ ਤਾਂ ਉਹ ਏਜੰਸੀਆਂ ਜਿਹੜੀਆਂ ਸਿਰਫ ਆਪਦੇ ਵਕਾਰ ਲਈ ਕਰਦੀਆਂ, ਉਹ ਤਾਂ ਆਪਦੇ ਵੱਲੋਂ ਇਮਾਨਦਾਰੀ ਨਾਲ ਕਰਦੀਆਂ, ਪਰ ਕਈ ਵਾਰ ਉਹ ਮੰਨ ਲਓ ਇੱਕ ਹਲਕੇ 'ਚ ਵੋਟਰ ਤਾਂ ਗਿਆ 15 ਲੱਖ ਅਤੇ ਪੁੱਛਿਆ ਗਿਆ, ਉੱਥੇ ਸਰਵੇ ਕਰਨ ਵਾਲਿਆਂ ਨੇ ਪੁੱਛਿਆ 2000 ਬੰਦੇ ਨੂੰ ਵੱਖ ਵੱਖ ਥਾਵਾਂ ਤੋਂ, ਤਾਂ ਉਹ ਪ੍ਰੋਪਰ ਨਤੀਜਾ ਕਿਵੇਂ ਹੋ ਗਿਆ ਫਿਰ? ਅਤੇ ਜਿਹੜੇ ਪੇਡ ਕਰਦੇ ਨੇ ਉਹਨਾਂ ਨੇ ਤਾਂ ਆਪਦੇ ਆਕਾ ਵਾਲਾ ਹੀ ਸਰਵੇ ਦੇਣਾ ਹੁੰਦਾ। ਸੋ ਖਡੂਰ ਸਾਹਿਬ ਹਲਕੇ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਕੌਣ ਜਿੱਤੂਗਾ, ਖਡੂਰ ਸਾਹਿਬ ਹਲਕੇ ਤੋਂ ਸਰਵਿਆਂ ਨੂੰ ਛੱਡੋ, ਇਹ ਲਗਭਗ ਅੱਜ ਤੋਂ 15 ਤੋਂ 20 ਦਿਨ ਪਹਿਲਾਂ ਤੋਂ ਉੱਥੇ ਅੰਮ੍ਰਿਤਪਾਲ ਸਿੰਘ ਦੀ ਹਵਾ ਬਣ ਚੁੱਕੀ ਸੀ। ਹਵਾ ਬਣਨ ਦੇ ਕਾਰਨ ਆਪਾਂ ਸਾਰੇ ਜਾਣਦੇ ਹਾਂ, ਡਿਬਰੂਗੜ੍ਹ ਜੇਲ੍ਹ 'ਚ ਅੰਮ੍ਰਿਤਪਾਲ ਬੈਠੇ ਨੇ, ਔਰ ਲੋਕਾਂ ਦੇ ਅੰਦਰ ਇੱਕ ਤਰ੍ਹਾਂ ਦੀ ਸਹਾਨੂਭੂਤੀ, ਇੱਕ ਤਰ੍ਹਾਂ ਦੀ ਹਮਦਰਦੀ ਆਪਾਂ ਕਹਿ ਸਕਦੇ ਹਾਂ ਵੀ ਯਾਰ ਪੰਜਾਬ ਦੇ ਮੁੰਡੇ ਜੇਲ੍ਹ 'ਚ ਪਾਏ ਹੋਏ ਨੇ, ਅਤੇ ਪਾਏ ਵੀ ਪੰਜਾਬ ਦੀ ਜੇਲ੍ਹ 'ਚ ਨਹੀਂ ਗਏ, ਡਿਬਰੂਗੜ੍ਹ ਅਸਾਮ ਦੇ ਵਿੱਚ ਹੈ ਵੀ ਅਸਾਮ ਦੀਆਂ ਜੇਲ੍ਹਾਂ 'ਚ ਤਾੜੇ ਨੇ। ਫਿਰ ਜਿਸ ਤਰੀਕੇ ਦੇ ਨਾਲ ਪੰਥ ਦੇ ਆਧਾਰ 'ਤੇ ਉਹ ਸਾਰੀ ਕੰਪੇਨ ਕੀਤੀ ਗਈ ਹੈ ਪੰਥ ਨੂੰ ਵੋਟ ਪਾਉਣ ਦੇ ਲਈ, ਤਾਂ ਉਹਦੇ ਆਧਾਰ 'ਤੇ ਅੰਮ੍ਰਿਤਪਾਲ ਦੇ ਜਿੱਤਣ ਦੇ ਚਾਂਸ ਜਿਹੜੇ ਨੇ ਉਹ ਖਡੂਰ ਸਾਹਿਬ ਤੋਂ ਵੱਧ ਹੈਗੇ ਹੀ ਹੈਗੇ ਨੇ, ਇਹ 'ਚ ਦੋ ਰਾਇਆਂ ਨਹੀਂ ਹੈਗੀਆਂ। ਹੁਣ ਜੇ ਪੰਜਾਬ ਦੀ ਗੱਲ ਕਰੀਏ, ਆਮ ਆਦਮੀ ਪਾਰਟੀ ਅਤੇ ਕਾਂਗਰਸ 'ਚ ਮੁੱਖ ਮੁਕਾਬਲਾ ਹੈ, ਅਤੇ
ਜਿਹੜੀ ਚਰਚਾ ਹੈ, ਜਿਹੜਾ ਅਨੁਮਾਨ ਹੈ, ਆਮ ਆਦਮੀ ਪਾਰਟੀ ਕਾਂਗਰਸ ਨਾਲੋਂ ਦੂਜੇ ਨੰਬਰ 'ਤੇ ਆਉਣ ਦੀ ਸੰਭਾਵਨਾ ਹੈ, ਅਤੇ ਇਹਦੇ ਤੋਂ ਆਮ ਆਦਮੀ ਪਾਰਟੀ ਨੂੰ ਇੱਕ ਸਬਕ ਵੀ ਲੈਣਾ ਪਊਗਾ ਵੀ ਅਸੀਂ ਕਿਹੜੀ ਥਾਂ ਤੋਂ ਕਿੱਥੇ ਆ ਗਏ ਹਾਂ। ਸੋ ਗੱਲ ਇਹ ਆ ਵੀ ਮੈਨੂੰ ਲੱਗਦਾ ਸਰਵਿਆਂ 'ਤੇ ਬਹੁਤਾ ਧਿਆਨ ਦੇਣ ਦੀ ਐਡੀ ਲੋੜ ਨਹੀਂ, ਉਹ ਤਾਂ ਕੱਲ੍ਹ ਨੂੰ ਸਾਰਾ ਕੁਝ